ਹੋਗਿਆ ਜਮੀਲ ਸਾਹਿਬ ਇੰਨੀ ਰਿਸ਼ਵਤ ਲੈ ਰਹੇ ਨੇ ਕਿ ਸਾਡੀ ਔਕਾਤ ਹੀ ਬਦਲ ਗਈ ਏ ਵੱਡੇ ਮਹੱਲ ਕਰੋੜਾਂ ਰੁਪਈਆ ਕਰੋੜਾਂ ਰੋੜਾ ਰੋੜਾ ਜੀ ਲਿਆ ਔਕਾਤ ਨਹੀਂ ਭੁੱਲੀ ਦੀ ਆਪਣੀ ਸੁਲਤਾਨੇ ਮੈਂ ਤੈਨੂੰ ਕਹਿ ਰਿਹਾ ਮੁੜ ਜਾ ਛੱਡ ਦਿਓ ਰਿਸ਼ਵਤ ਦੇ ਰੁਪਈਏ ਤੂੰ ਤੇਰੀ ਜ਼ਾਤ ਤੇ ਛੋਟੀ ਛੋਟੀ ਗੱਲ ਹਮੇਸ਼ਾ ਵੱਡੀ ਗੱਲ ਕਰੋ ਓਏ ਹੈਲੀਕਾਪਟਰ ਕੱਢੋ ਮੈਂ ਪਿਸ਼ਾਬ ਕਰਨ ਜਾਣਾ ਹੈ ਅੱਜ ਹੈਲੀਕਾਪਟਰ ਪਿਛਲੇ ਸਾਲ ਤੇਰਾ ਫੁੱਫੜ ਸੰਘਾੜੇ ਪੁੱਟਦਿਆਂ ਡੁੱਬ ਕੇ ਮਰਿਆ ਸਟੂਪਿਡ ਨੌਨਸੈਂਸ ਤੂੰ ਤੇਰੀ ਜ਼ਾਤ ਤੇ ਗਰੀਬ ਗਰੀਬ ਸੋਚ ਛੋਟੀ ਰੁਪਈਆ ਬਹੁਤਾ ਬੌਸ ਤਿੱਕਾ 55 ਕਰੋੜ ਦੇ ਤਿੱਕੇ ਲਾ ਕੇ ਤੇ ਅੱਲਾ ਦੇ ਨਾਂ ਤੇ ਵੰਡ ਦਿਓ ਛੋਟੀ ਗੱਲ ਸਾਡੇ ਕੋਲ ਨਹੀਂ ਅੱਜ ਕਰੋੜਾਂ ਰੁਪਈਏ ਤੇ ਉਹ ਦੌਰ ਯਾਦ ਹੈ ਜਦੋਂ ਅੱਧਾ ਗੰਢਾ ਤੇ ਤਰੇ ਰੋਟੀਆਂ ਖਾਂਦਾ ਸੀ ਉਹ ਗਰੀਬਾ ਪਰੇ ਚਲੇ ਜਾ ਕਰੋੜਾਂ ਰੋੜਾ ਰੋੜਾ ਉਹ ਮੇਰਾ ਸੋਚ ਕੱਢੋ ਨਹੀਂ ਤੁਹਾਡੀਆਂ ਤਾਰਾਂ ਛਿੱਲ ਕੇ ਲਾਈਆਂ ਹੈਲੋ ਕਿਨਾਰਾ ਹੋਟਲ 20 ਲੱਖ ਦਾ ਸਰਾਧ ਕਰ ਦਿਓ ਹਾਂਜੀ ਘੋੜੇ ਨੇ ਖਾਣਾ ਹੈ ਬਦਤਮੀ ਬਬਲੀ ਟਕ ਟਕ ਵਾਲਾ ਬਬਲੀ ਟਕ ਟਕ ਅੱਜ ਪੂਰੇ ਸੈੱਟ ਹੀ ਲਾ ਗੱਲ ਸੁਣੋ ਓਏ ਇਹ ਜਿਹੜੇ ਤੁਸੀਂ ਕਰੋੜਾਂ ਅਰਬਾਂ ਦੀਆਂ ਗੱਲਾਂ ਕਰ ਰਹੇ ਹੋ ਨਾ ਇਹ ਗੱਲ ਜ਼ਿਹਨ ਚ ਰੱਖੋ ਕਿ ਨੋਟ ਕਾਗਜ਼ ਇੱਥੇ ਹੀ ਰਹਿ ਜਾਣੇ ਜੇ ਓਏ ਭੈਣਿਓ ਮਰ ਕੇ ਅੱਗੇ ਕਿਸੇ ਨੂੰ ਮੂੰਹ ਵੀ ਵਹਾਉਣਾ ਜੇ ਉਹ ਗੱਲ ਤੇ ਤੇਰੀ ਸਹੀ ਹੈ ਲੇਕਿਨ ਵਿੱਚ ਹੀ ਇੰਜ ਲਿਖਿਆ ਹੈ ਓਏ ਮੇਰੀ ਗੱਲ ਚ ਟੋਲ ਪਿਆ ਬਦਤਮੀਜ਼ ਇੰਜ ਲਿਖਿਆ ਹੀ ਅੱਛਾ ਚਾਚਾ ਜੀ ਅੱਜ ਵੇਖ ਲੈ ਐਨਕਾਂ ਤੇ ਬੜੀਆਂ ਵੇਸਕੋਟਾਂ ਫੁੱਲ ਧੁੰਦਾ ਚਗਲੇ ਤੇਰੇ ਤੇ ਬਸ ਬੋਰੀ ਪਾਉਂਦੇ ਸੀ ਇਹਨੂੰ ਨਾ ਪੈਸੇ ਦੇ ਕੇ ਤੇ ਮਰਵਾ ਦਿਓ ਇਹ ਗਰੀਬ ਦੀਆਂ ਛਿੱਟਾਂ ਸਾਡੇ ਤੇ ਪੈਣੀਆਂ ਹੀ ਪੈਣੀਆਂ ਇਹਨੂੰ ਪਤਾ ਕਿ ਮੈਂ ਬੜੀ ਕੁੱਤੀ ਚੀਜ਼ ਦਾ ਵੇਖ ਚਾਚਾ ਤੂੰ ਇਸ ਘਰ ਦੇ ਵਿੱਚ ਵੱਡਾ ਹੈ ਉਹ ਮਾਂ ਵੀ ਤੇ ਹੈ ਨਾ ਉਹ ਵੀ ਇਸ ਘਰ ਦਾ ਹਿੱਸਾ ਹੈ ਤੁਹਾਡੀ ਰਿਸ਼ਵਤ ਦੀ ਕਮਾਈ ਚੋਂ ਇੱਕ ਰੁਪਈਆ ਨਹੀਂ ਖਾਂਦੀ ਵੱਡੇ ਭਰਾ ਦੇ ਨਾਲ ਰਹਿੰਦੀ ਏ ਉਹ ਹੀ 12,000 ਰੁਪਏ ਦੀ ਮਹੀਨਾ ਕੱਢਦੀ ਏ ਉਹ ਕਿਹੜਾ ਮਰ ਗਈ ਏ ਭੈੜਿਆ ਉਹ ਵੀ ਕੀ ਆ ਕਰਕੇ ਸਾਡਾ ਜ਼ਮੀਰ ਨਾਲ ਕੀ ਗੱਲ ਹੈ ਅਮਰੀਕਾ ਲੰਡਨ ਅਮਰੀਕਾ ਮੇਰੀ ਮੋਠੇ ਜੇ ਚਾਚਾ ਮੁੱਟ ਛੱਡ ਦੁਬਈ ਸਾਡਾ ਮੁਲਕ ਹੈ ਉਹਦਾ ਸਾਹ ਨਾ ਬੰਦ ਕਰ ਦਈ ਬਦਤਮੀਜ਼ ਦੇ ਵਿੱਚ ਮੇਰਾ ਬੇਟਾ ਹੋਣ ਵਾਲਾ ਹੈ ਮੇਰਾ ਬੱਚਾ ਆਹਾ ਹਾ ਸਰ ਹੈਵ ਏ ਸੀਟ ਹੈਲੋ ਬੇਟਾ ਹੈਲੋ ਡੈਡ ਬੇਟਾ ਕੈਸੇ ਹੋ ਅਮੀਰ ਆਦਮੀ ਅਮੀਰ ਆਦਮੀ ਹਲੇ ਸਿਰਫ ਤੁਹਾਡੇ ਕੋਲ ਪੈਸਾ ਹੀ ਆਇਆ ਹੈ ਹਾਂ ਇਸਤਰੀ ਨਹੀਂ ਲਈ ਸਾਰਿਆਂ ਨੇ ਵੱਟਾਂ ਵਾਲੇ ਪਾਏ ਅਮੀਰ ਆਦਮੀ ਕਰੋੜਾਂ ਅਰਬਾਂ ਗਰੀਬ ਆਦਮੀ ਥੂ ਇਹਦੀ ਜ਼ਾਤ ਤੇ ਓਏ 2,20,000 ਰੁਪਏ ਦੀ ਤਾਂ ਖਾਲੀ ਚਾਹ ਪੀਤੀ ਏ ਕਿੱਥੋਂ ਓਏ ਦੁਬਈ ਤੋਂ ਪੀ ਕੇ ਆਇਆ ਲੱਖ ਜਾਣ ਤੇ ਲੱਖ ਆਉਣ ਚਾਹ ਉੱਥੇ ਵੀ ਪੀਆ ਦੀ ਲੱਭਦੀ ਆ ਕਰੋੜਾਂ ਰੁਪਈਆ ਓਏ ਅੱਜ 2,20,000 ਰੁਪਏ ਦੀਆਂ ਚਾਹਾਂ ਪੀ ਰਿਹਾ ਹਾਂ ਉਹ ਦਿਨ ਭੁੱਲ ਗਿਆ ਜਦੋਂ ਤੇਰੇ 2 ਰਸਾਂ ਦੀ ਖਾਤਰ ਚੌਧਰੀਆਂ ਨੇ ਤੁਹਾਡੀ ਮਾਂ ਕਿੱਲੇ ਦੇ ਨਾਲ ਬਣ ਛੱਡੀ ਸੀ ਇਹਨੂੰ ਕੱਢ ਦਿਓ ਇਹਨੂੰ ਮਰਵਾ ਦਿਓ ਕੀ ਕਹਿ ਕੇ ਆਇਆ ਮੈਂ ਕਿਹਾ ਮੁੱਠ ਸਭ ਤੋਂ ਵੱਡਾ ਤਰਲਾ ਕੀਤਾ ਹੀ ਅਮੀਰ ਆ ਸੈਕਟਰੀ ਸਰਪਤੀ ਸੈਕਟਰੀ ਸਮੋਕ ਯੇਲੇ ਸਰ ਅੱਛਾ ਇਥੋਂ 1 ਰੁਪਈਆ ਵੀ ਗਾਇਬ ਹੋਇਆ ਮੈਂ ਤੇਰੀ ਭੈਣ ਕੱਢ ਲੈਣੀ ਹੈ ਸਾਰੇ ਸਰ ਓ ਜਮੀਲ ਸਾਹਿਬ ਸਾਹਿਬ ਜੀ ਓ ਘਬਰਾ ਕੇ ਪੁੱਠਾ ਹੀ ਲਾ ਲਿਆ ਜੇ ਅਸੀਂ ਅਮੀਰ ਹੋਇਆ ਪੁੱਠਾ ਸਿੱਧਾ ਚੱਲੇਗਾ
ਸਰਕਾਰਾਂ ਦੀਆਂ ਗੱਲਾਂ ਕਰੋ ਸਿਰ ਛੋਟੇ ਲੋਕ ਦੀਆਂ ਗੱਲਾਂ ਨਾ ਕਰੋ ਸਰ ਤੇ ਜੀ ਸਰ ਕੋ ਜ਼ਰੂਰਤ ਯੈਸ ਸਰ ਕੀ ਆਨੀ ਹੈ ਸਰ ਏਸੀ ਖਰਾਬ ਹੈ ਸਰ ਏਸੀ ਯੈਸ ਇਹ ਫੜ 5 ਲੱਖ ਰੁਪਇਆ ਹਰ ਕਮਰੇ 'ਚ ਏਸੀ ਪਾ ਓਕੇ ਸਰ ਬਾਥਰੂਮ 'ਚ ਵੀ ਏਸੀ ਪਾ ਦਿਆ ਹੈ ਸਰ ਬੇਟੇ ਓ ਮੈਨੂੰ ਵੀ ਦਿਓ ਮੈਨੂੰ ਵੀ ਗਰਮੀ ਲੱਗਦੀ ਹੈ ਗਰਮੀ ਲੱਗਦੀ ਇਹ ਫੜ 100 ਟਿੰਡ ਕਰਾ ਲਿਆ ਗਿਆ सौ वापस करके पचास रुपये दे एदी ते टेंड भी अन्नी होनी है सर ने तो आप मर रहे और कुछ चाहिए आप तो क्यों बताओ तो उसको भी बता दो ना टाइम लग गया क्यों क्यों की बात होती है अगर ये सेंस हो तो बड़ा मजा आता है जी और कुछ सर जूता लेना है सर जूता या पर 5 लाख रुपया 4 लाख दे पुतावे पवाओ उची हो थोड़ी उची हो बेटे ਮੈਨੂੰ ਵੀ ਦੇ ਮੈਂ ਜੁੱਤੀ ਲੈਣੀ ਹੈ ਜੁੱਤੀ ਲੈਣੀ ਹਾਂ ਸੈਕਟਰੀ ਐ ਫੜੇ ਐ 200 ਰੁਪਇਆ ਦੇ ਇਹਨੂੰ ਆ ਖੁਰੀਆਂ ਤੋਂ ਆਦਰ ਜਾ ਕੋਈ ਆ ਰਿਹਾ ਐ 100 ਰੁਪਏ ਨੂੰ ਹੋਰ ਦਿਓ ਕਾਦਾ ਲਿੱਦ ਬਹੁਤ ਕਰ ਰਹੇ ਹਨ ਕੁਝ ਨਹੀਂ ਬੰਦ ਕਰਾ ਦਾਦ ਹਲੋ ਓਏ ਓਏ ਮਲਕ ਰਿਆਜ਼ ਸਾਹਿਬ ਦਾ ਫੋਨ ਆ ਰਿਹਾ ਹੈ ਮਲਕ ਰਿਆਜ਼ ਹਾਂ ਇਹ ਕਿਹੜਾ ਹੈ ਬੈਰੀਆ ਟਾਊਨ ਵਾਲੇ ਅੱਛਾ ਬੈਰੀਆ ਵਾਲਾ ਉਹਨੂੰ ਕਹਿ ਸਾਹਿਬ ਵਾਲੇ ਮਸਰੂਫ ਨੇ ਬਾਅਦ ਚ ਕਰੀ ਹੈ ਓਏ ਓਏ ਇਮਰਾਨ ਖਾਨ ਸਾਹਿਬ ਦਾ ਵੀ ਫੋਨ ਆ ਗਿਆ ਹੁਣ ਬਣਾ ਦਿੱਤਾ ਵਜ਼ੀਰ ਆਜ਼ਮ ਹੁਣ ਕੀ ਆਂਦਾ ਏ ਓਏ ਹੁਣ ਸਾਰੇ مشورے ਮੈਂ ਦੇਣੇ ਨੇ ਸ਼ੇਖ ਰਸ਼ੀਦ ਦਾ ਵੀ ਫੋਨ ਆ ਗਿਆ ਉਹ ਟੱਲੀ ਦਾ ਹਾਂ ਇਹਦਾ ਨੰਬਰ ਤੇ ਡਿਲੀਟ ਕਰ ਦੇ ਲੈ ਇਹ ਮੈਨੂੰ ਚਾਹੀਦਾ ਹੀ ਨਹੀਂ ਇਹ ਬੰਦਾ ਇਮਰਾ ਓਏ ਮੀਆਂ ਨਵਾਜ਼ ਸ਼ਰੀਫ ਦਾ ਫੋਨ ਆ ਗਿਆ ਹੁਣ ਕਿਉਂ ਕਰਦੇ ਨੇ ਫੋਨ ਕਰਾ ਦਿੱਤੀ ਹੈ ਜ਼ਮਾਨਤ ਹੁਣ ਫੇਰ ਫੋਨ ਕਰੀ ਜਾ ਰਹੇ ਓਏ ਹਾਂ ਓਏ ਮੋਦੀ ਦਾ ਵੀ ਇੰਡੀਆ ਦਾ ਫੋਨ ਆ ਗਿਆ ਮੋਦੀ ਹਾਂ ਉਹ ਇੰਡੀਆ ਵਾਲਾ ਇੰਡੀਆ ਉਹਦੀ ਭੈਣ ਨੂੰ ਇਹਨੂੰ ਲਿਆ ਕਰ ਇੱਧਰ ਹੈ ਪੱਕੀ ਆ ਨਾ ਖੋਤੀ ਦੇ ਆ ਬੱਚਿਆ ਤੇਰੀ ਭੈਣ ਨੂੰ ਤੂੰ ਸਾਡਾ ਪਾਣੀ ਬੰਦ ਕਰੇ ਮੈਂ ਤੇਰੀ ਭੈਣ ਨਾ ਕੱਢਣਾ ਸਾਲਿਆ ਓਏ ਕੀ ਆਨੇ ਦੂਧ ਮੰਗੋਗੇ ਤਾਂ ਖੀਰ ਦੇਗੇ ਕਸ਼ਮੀਰ ਮੰਗੋਗੇ ਤਾਂ ਚੀਰ ਦੇਗੇ ਹਮ ਕਸ਼ਮੀਰ ਵੀ ਲੈਗੇ ਔਰ ਤੇਰੀ ਮਸ਼ੀਰ ਵੀ ਲੈਗੇ ਅੱਛਾ ਪਿਓ ਨੂੰ ਕੋਈ ਨਹੀਂ ਮੁਲਕ ਨਾ ਉਹਨੂੰ ਇਹ ਹੀ ਇੱਕ ਫੋਨ ਨਾ ਟੁੱਟ ਜਾਏ ਅੱਜ ਵੇਖ ਲੈ ਜੀ ਲਿਆ ਤੂੰ ਕਿੱਡੀ ਕਿੱਡੀ ਵੱਡੀ ਸ਼ਖਸੀਅਤ ਦਾ ਆਰਾਮ ਨਾਲ ਨਾਂ ਲੈ ਰਹੇ ਹਾਂ ਤੁਹਾਡੇ ਤੇ ਉਹ ਵੀ ਦੇਣ ਸਨ ਕਿ ਅੱਧਾ ਕਿਲੋ ਘਿਓ ਦੀ ਖਾਤਰ ਤੁਸੀਂ ਭੈਣ ਦੁਕਾਨਦਾਰ ਨਾਲ ਵਿਆਹਤੀ ਸੀ ਇਹ ਅੱਖਾਂ ਲਾਲ ਨੇ ਹਾਂਜੀ ਕੰਨ ਖੜੇ ਨੇ ਹਾਂਜੀ ਉਸ਼ਲ ਚੁੱਕੀ ਕੀ ਜਾਨਾ ਇਹ ਅਗਨ ਉਹ ਜਾਨਾ ਤਾਂ ਤੂੰ ਇੰਜੀ ਜਿਵੇਂ ਤੂੰ ਸੈਂਚਰੀ ਮਾਰਨੀ ਡੈਡ अब इस मोहल्ले से दिल लग गया हम बड़े बंगले में जाएंगे बड़े बड़े कमरे होंगे बड़ा बाथरूम होगा इतना बड़ा बाथरूम होगा कि पार से उठ के टूटी तक जान तक मोटरसाइकिल जाना पड़ेगा हेलीकॉप्टर छोड़ पर आजकल टूट गया और पार उतरा चलो मल्ले इस मल्ले को छोड़ो सेक्रेटरी और कोई शेड्यूल चंदर टोटा लग रही है वो तो मैं हूँ तू कितने सोने कपड़े पाए ने हाय अल्लाह असि तो गरीब गुरबा लोग ओही कपड़े पाए ने तू तो अमीर हो गई है कितना सोना लग रही है ओए ए की दरख्त जे मुंह च लाई आई ओ पेंडू पेंडू तुम्हें पता ही नहीं है ये क्या है की है ये मुझे भी नहीं पता ये क्या है हाय अल्लाह चाचा हम तो साड़ी शादी हो गई होवे हम साड़े दोनों की शादी होनी जल्दी ना ना दिल तय शादी हाँ तेरे नाल हाँ मेरे नाल शट यू आर माउथ अंडरस्टैंड शादी कोड के लिए शतीरान चखे ਸ਼ਾਦੀ ਹੁਣ ਤੇ ਅਮਰੀਕਾ ਯੂਰਪ ਲੰਡਨ ਯੂਕੇ ਨਿੱਕ ਨਿੱਕ ਲੱਕ ਲੁਰੂ ਲੁਰੂ ਅੱਜ ਨਿੱਕ ਨਿੱਕ ਲੱਕ ਲੰਡਨ ਯੂਰਪ
ਗੁਰਬਤ ਦੇ ਉਹ ਦਿਨ ਤੈਨੂੰ ਯਾਦ ਨੇ ਕਿ ਤੇਰੀ ਮਾਂ ਦੀ ਧੁੰਨੀ ਘੁੰਮ ਕੇ ਲੱਕ ਵਾਲੇ ਪਾਸੇ ਆ ਗਈ ਸੀ। चलो दवा हो जाओ यहां से। एक दिन तेनू मेरे नाल प्यार लाजमी होएगा। ए पैसे दी खुमारी तेरी अखा तो लाजमी उतरेगी। फिर तेनू पता चलेगा कि पैसा कुछ नहीं होता, सिर्फ प्यार ही सब कुछ होता। प्यार ही सब कुछ। ले पागल, मैं भी मोछे पीछे दलील हो रही है। रुपये चुक तो लंगड़ा सीधा करा ले। जिससे मेरी शादी होने वाली है वो लड़की थाईलैंड की रहने वाली है। थाईलैंड की सारी जिंदगी थाईलैंड का तुसा लोकां लंडा पाया है। मार दें।